ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਸੀ, ਗਲੀ ਵਿੱਚ ਡੀਜੇ ਲੱਗੇ ਹੋਏ ਸੀ, ਸਾਰੇ ਨੱਚ ਟੱਪ ਰਹੇ ਸੀ, ਤਾਂ ਅਚਾਨਕ ਗੁਆਂਢੀਆਂ ਦੇ ਨਾਲ ਲੜਾਈ ਹੋ ਗਈ। ਤੇ ਲੜਾਈ ਇੰਨੀ ਭਿਆਨਕ ਸੀ ਕਿ ਦੋਨਾਂ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਤੇ ਵਿਆਹ ਵਾਲੇ ਘਰ ਦੇ ਵਿੱਚ ਸੋਗ ਹੋ ਗਿਆ। ਜੀ ਦੱਸ ਦਈਏ ਕਿ ਵਿਆਹ ਵਾਲੇ ਘਰ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ। ਜੀ ਹਾਂ, ਗੁਆਂਢੀ ਲੜਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ, ਇੱਟਾਂ ਰੋੜੇ ਡਾਂਗਾ ਪੱਥਰ ਸਾਰਾ ਕੁਝ ਚੱਲੀ ਜਾਂਦਾ ਹੈ। ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ 'ਤੇ ਹਮਲਾ ਕਰ ਰਹੇ ਨੇ। ਆਖਿਰਕਾਰ ਲੜਾਈ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕਿਸ ਗੱਲ ਪਿੱਛੇ ਹੋਈ। ਤੁਹਾਨੂੰ ਅਸੀਂ ਦੱਸਦੇ ਹਾਂ ਕਿ ਡੀਜੇ ਚੱਲ ਰਿਹਾ ਸੀ, ਡੀਜੇ ਚਲਾਉਣ ਪਿੱਛੇ ਲੜਾਈ ਹੋ ਗਈ। ਇੱਕ ਧਿਰ ਨੇ ਕਿਹਾ ਕਿ ਆਵਾਜ਼ ਘਟਾ ਲਓ, ਦੂਜੀ ਧਿਰ ਕਹਿੰਦੀ ਅਸੀਂ ਨਹੀਂ ਘਟਾਵਾਂਗੇ। ਬਸ ਇਸੇ ਗੱਲ ਨੂੰ ਲੈ ਕੇ ਦੋਨੇ ਧਿਰਾਂ ਲੜ ਪਈਆਂ ਅਤੇ ਲੜਾਈ ਇੰਨੀ ਭਿਆਨਕ ਸੀ ਕਿ ਇੱਕ ਔਰਤ ਦੀ ਜਾਨ ਚਲੀ ਗਈ। ਦੱਸ ਦਈਏ ਕਿ ਹੁਣ ਜ਼ਖਮੀਆਂ ਦੇ ਬਿਆਨਾਂ 'ਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। 302 ਦਾ 5 ਲੋਕਾਂ ਦੇ ਖਿਲਾਫ ਪਰਚਾ ਪਾਇਆ ਗਿਆ ਅਤੇ ਜਿਨ੍ਹਾਂ ਦੇ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਹਾਲੇ ਵੀ ਫਰਾਰ ਹੈ। ਤਾਂ ਦੱਸ ਦਈਏ ਕਿ ਮਲੋਟ ਦੇ ਪਿੰਡ ਕੁੜੀਆਮਹਾ ਸਿੰਘ ਵਿਖੇ ਸੁਨੀਲ ਨਾਮਕ ਨੌਜਵਾਨ ਦੇ ਵਿਆਹ ਸਮਾਗਮ ਨੂੰ ਲੈ ਕੇ ਚੱਲ ਰਹੇ ਡੀਜੇ ਨੂੰ ਬੰਦ ਕਰਵਾਉਣ ਦੇ ਵਿੱਚ ਦੋ ਧਿਰਾਂ ਲੜ ਪਈਆਂ। ਦੋਨਾਂ ਦਾ ਇੰਨੀ ਬੁਰੀ ਤਰੀਕੇ ਦੇ ਨਾਲ ਝਗੜਾ ਹੋਇਆ ਕਿ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦੇ ਵਿੱਚੋਂ 2 ਔਰਤਾਂ ਸੀ ਅਤੇ ਇਸ ਦੇ ਇਲਾਵਾ ਇੱਕ ਔਰਤ ਦੀ ਮੌਤ ਹੋ ਗਈ। ਸਿਵਲ ਹਸਪਤਾਲ ਸਾਰਿਆਂ ਨੂੰ ਦਾਖਲ ਕਰਵਾਇਆ ਗਿਆ ਅਤੇ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਨੇ। ਆਓ ਸਾਰਿਆਂ ਤੋਂ ਬਿਆਨ ਸੁਣਦੇ ਹਾਂ ਕਿ ਆਖਿਰਕਾਰ ਗੁਆਂਢੀਆਂ ਦੇ ਨਾਲ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ। ਲੜਾਈ ਹੋਈ ਸੀਗੀ, ਮੇਰੀ ਭੂਆ ਦੀ ਬੇਟੀ ਸੀਗੀ, ਉਹਨਾਂ ਨੇ ਇੱਟਾਂ ਉੱਟਾਂ ਮਾਰ ਕੇ ਮਾਰਤੀ ਸੀ ਕੁੜੀ ਉਹ। ਅਤੇ ਲੜਾਈ ਪਹਿਲਾਂ ਮੈਰਿਜ ਹੋਈ ਸੀ ਕਿਸੇ ਗੁਆਂਢੀ 'ਚ, ਅਤੇ ਉਹ ਗੁਆਂਢੀਆਂ ਦੀ ਮੈਰਿਜ ਹੋਈ ਸੀ, ਉਹਨਾਂ ਨੇ ਆਪਦਾ ਸਾਰਾ ਸਮਾਨ ਸਮੂਨ ਚੁਕਾ ਕੇ ਡੀਜੇ ਡੂਜੇ ਵੀ ਭੇਜਤੇ ਸੀਗੇ ਜੀ। ਇਹਨਾਂ ਨੇ ਜਿਨ੍ਹਾਂ ਨੇ ਸੱਟਾਂ ਮਾਰੀਆਂ, ਇਹਨਾਂ ਨੇ ਇੱਥੋਂ ਕਿਸੇ ਦੇ ਡੀਜੇ 4 ਵਜੇ ਤੋਂ ਬਾਅਦ ਲਿਆ ਕੇ ਲਾਏ ਆ, ਅਤੇ ਰਾਤ ਨੂੰ ਜਦੋਂ ਸਾਰੇ ਟਿਕਟਕਾ ਹੋ ਗਏ ਉਦੋਂ ਬਾਅਦ ਨੱਚਣ ਨੱਚਣ ਲੱਗ ਗਏ। ਉਹੀ ਆਪ ਹੀ, ਇਹਨਾਂ ਦਾ ਕੋਈ ਬੰਦਾ ਨਹੀਂ ਸੀਗਾ, ਅਤੇ ਉਹ ਬੁੜੀਆਂ ਸੀ ਇਕੱਲੀਆਂ। ਮੁੜ ਕੇ ਇਹਨਾਂ ਨੇ ਇੱਟਾਂ ਉੱਟਾਂ ਰੱਖੀਆਂ ਸੀ, ਲੜਾਈ ਲੜੂਈ ਕਰਨ ਦੇ ਮਾਰਨ ਨੇ ਲੜਕੇ ਮਾਰਨ ਲੱਗ ਗਏ, ਕੁੜੀਆਂ ਦੀਆਂ ਗਾਲਾਂ ਗੋਲਾਂ ਦੇਣ ਲੱਗ ਗਏ, ਰੋਕਣ ਲੱਗੇ ਵੀ ਚਲੋ ਬੁੜੀਆਂ ਸੀ ਇਕੱਲੀਆਂ। ਅਤੇ ਜਦੋਂ ਬੁੜੀਆਂ ਨੇ ਕਿਹਾ ਵੀ ਤੁਸੀਂ ਭਾਈ ਨਾ ਉਹ ਕਰੋ, ਅਤੇ ਉਹ ਇੱਟਾਂ ਚਲਾਉਣ ਲੱਗ ਗਏ ਜੀ। ਬਸ ਉਹ ਮੇਰੇ ਭਾਣਜੇ ਦੇ ਵੀ ਸਰਚਟ ਵੱਜੀ ਆ, 2 ਬੁੜੀਆਂ ਲੇਡੀਜ਼ ਹੋਰ ਆ, ਇੱਕ ਤਾਂ ਡੈਥ ਹੀ ਹੋ ਗਈ, ਇੱਕ ਮੁੰਡਾ, 2 ਮੁੰਡੇ ਦਾਖਲ ਆ, 4 ਜਣੇ ਮਲੋਟ ਦਾਖਲ ਆ ਜੀ। ਅਤੇ ਅਸੀਂ ਪੁਲਿਸ ਵੱਲੋਂ ਵੈਸੇ ਕਾਰਵਾਈ ਸਾਡੀ ਸਹੀ ਹੋ ਰਹੀ ਜੀ, ਅਤੇ ਅੱਜ ਵੀ ਉਹਨਾਂ ਨੂੰ ਉਹਨਾਂ ਨੇ ਦੋਵਾਂ ਦੇ ਅਰੈਸਟ ਕੀਤੇ ਹੋਏ ਆ, 2 ਜਣੇ, 5 ਜਣੇ ਹੋ ਗਏ ਉੱਥੇ, 2 ਫਰਾਰ ਹਾਲੇ। ਹਾਂਜੀ, ਸਾਨੂੰ ਇਹਦੇ ਵਿੱਚ ਨਾ ਜਿਹੜਾ ਹੈਗਾ 16 ਤਰੀਕ ਨੂੰ ਸੁਨੀਲ ਸਿੰਘ ਦੇ ਪੁੱਤਰ ਕੇਵਲ ਸਿੰਘ ਦੇ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹਦੀ ਜਿਹੜੀ ਰਾਤ ਨੂੰ ਪਾਰਟੀ ਚੱਲ ਰਹੀ ਸੀ, ਡੀਜੇ ਵਗੈਰਾ ਲੱਗਿਆ ਹੋਇਆ ਸੀਗਾ, ਉਸ ਵਿਆਹ ਦੀ ਪਾਰਟੀ ਦੇ ਵਿੱਚ ਰਾਤ ਨੂੰ ਇਹਨਾਂ ਦਾ ਸ਼ਰਾਬ ਪੀ ਕੇ, ਨਛੱਤਰ ਸਿੰਘ ਦੇ ਮੁੰਡੇ ਆ 2, ਹਰਗੋਬਿੰਦ ਸਿੰਘ ਅਤੇ ਰੁਪਿੰਦਰ ਸਿੰਘ, ਉੱਥੇ ਖਾਧੀ ਪੀਤੀ ਅਤੇ ਨੱਚਣ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ। ਤਕਰਾਰ ਹੋਣ ਤੋਂ ਬਾਅਦ ਝਗੜਾ ਇੰਨਾ ਵਧਿਆ ਅਤੇ ਇਹਨਾਂ ਨੇ ਜਿਹੜੇ ਹੈਗੇ ਆ ਦੋਨੋਂ ਪਾਸੇ ਲੋਕ ਲੜ ਪਏ, ਲੜ ਕੇ ਇਹ ਜਿਹੜੇ ਹੈਗੇ ਆ ਨਛੱਤਰ ਸਿੰਘ ਪਾਰਟੀ ਦੇ ਮੁੰਡੇ ਆ, ਇਹਨਾਂ ਨੇ ਕੋਠੇ ਉੱਪਰ ਚੜ੍ਹ ਕੇ ਜਿਹੜੇ ਇੱਟਾਂ ਵਰਾਉਣੀਆਂ ਸ਼ੁਰੂ ਕਰਤੀਆਂ। ਇੱਟਾਂ ਦੇ ਵਿੱਚ ਜਿਹੜੇ 2 ਬੰਦੇ ਕਾਫੀ ਇੰਜਰਡ ਹੋਏ, ਜਿਹੜੀ ਇੱਕ ਇੱਟ ਸੀਗੀ ਗੁਰਮੇਲ ਕੌਰ ਪਤਨੀ ਗੁਰਤੇਜ ਸਿੰਘ, ਜਿਹੜੀ ਕਿ 65 ਸਾਲ ਦੀ ਉਮਰ ਹੈ, ਉਹਦੇ ਇੱਕ ਇੱਟ ਵੱਜੀ ਸੀ, ਜਿਹਦੀ ਕਿ ਉਹਦੀ ਇੱਟ ਵੱਜਣ ਦੇ ਨਾਲ ਮੌਤ ਹੋ ਗਈ ਸੀਗੀ। ਮੌਤ ਹੋਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਹਰਬੰਸ ਸਿੰਘ ਪੁੱਤਰ ਗੁਰਤੇਜ ਸਿੰਘ ਦੇ ਬਿਆਨ 'ਤੇ, ਨਛੱਤਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਨਛੱਤਰ ਸਿੰਘ ਦੇ 2 ਬੇਟੇ ਹੈ,
ਹਰਗੋਬਿੰਦ ਸਿੰਘ ਅਤੇ ਰੁਪਿੰਦਰ ਸਿੰਘ ਅਤੇ ਦੋ ਇਹਨਾਂ ਦੇ ਰਿਸ਼ਤੇਦਾਰ ਉਹਨਾਂ ਪੰਜ ਜਣਿਆਂ ਦੇ ਖਿਲਾਫ਼ ਜਿਹੜਾ 302 ਦੇ ਤਹਿਤ ਮੁਕੱਦਮਾ ਦਰਜ ਕਰਕੇ ਅਸੀਂ ਜਿਹੜੇ ਹੈਗੇ ਆ ਚਾਰ ਬੰਦੇ 'ਚ ਅਰੈਸਟ ਕਰ ਲਏ ਆ। ਨਛੱਤਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਦੋਨੋਂ ਬੇਟੇ ਰੁਪਿੰਦਰ ਸਿੰਘ ਅਤੇ ਹਰਗੋਬਿੰਦ ਸਿੰਘ ਔਰ ਇੱਕ ਅਰਜਨ ਸਿੰਘ ਨਾਂ ਦਾ ਬੰਦਾ ਅਸੀਂ ਚਾਰ ਅਰੈਸਟ ਪਾਏ ਆ ਅਤੇ ਪੰਜਵਾਂ ਬੰਦਾ ਵੀ ਅਸੀਂ ਜਲਦੀ ਉਹਨੂੰ ਰਾਊਂਡ ਅਪ ਕਰ ਲਾਂਗੇ। ਇਹ 'ਚ ਕੋਈ ਜ਼ਖਮੀ ਵੀ ਹੋਏ ਚੁੱਕੇ ਨੇ? ਇਹਦੇ ਵਿੱਚ ਇੱਟਾਂ ਭੱਟੇ ਚੱਲਣਾ, ਦੋ ਬੰਦੇ ਅਤੇ ਦੋ ਲੇਡੀਜ਼ ਦੋਨੋਂ ਪਾਸੋਂ ਚਾਰ ਬੰਦੇ ਇੰਜਰਡ ਹੈ, ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀ।